ਕੀ ਕੰਮ ਕਰਦੇ ਤੁਸੀਂ? ਕੀ ਗੱਲ ਕੀ ਦੱਸੋ ਮਾੜੀ? ਲੜਾਈ ਝਗੜਾ ਤਾਂ ਕੋਈ ਰਹਿ ਨਹੀਂ, ਬਸ ਉਹ ਕਹਿੰਦੇ ਲਾ ਦਿਓ ਇੱਥੇ ਇਹਨੇ ਜੇ ਕੋਈ ਬੰਦਾ ਆਇਆ। ਹੁਣ ਮੈਨੂੰ ਤਾਂ ਸਵਾਰੀ ਨੇ ਦੱਸਿਆ ਕਿ ਵੀ ਪਿੱਛੋਂ ਮਾਰ ਕੇ ਚਲੇ ਗਏ, ਮੈਂ ਔਰ ਵੇਖਿਆ ਨਹੀਂ ਉਹਨਾਂ ਨੂੰ, ਹੁਣ ਮਾਰ ਕੇ ਤਾਂ ਨੱਸ ਗਏ ਬੰਦੇ। ਨਹੀਂ ਮੁੰਡਾ ਕਿੱਥੋਂ ਬੈਠਾ ਸੀ ਤੁਹਾਡੇ ਨਾਲ? ਬੱਸ ਸਟੈਂਡ 'ਤੇ ਬੈਠਾ ਸੀ ਨੰਬਰ 1। ਕਿੰਨੇ ਮੁੰਡੇ ਬੈਠੇ ਸੀ? ਇੱਕੋ ਹੀ ਬੈਠੇ ਸੀ। ਅਤੇ ਉਤਰਿਆ ਕਿੱਥੇ? ਇੱਥੇ ਹੀ ਉਤਰਿਆ ਬੈਂਕੋਟ। ਅੱਛਾ ਜੀ, ਹਾਂਜੀ। ਤੁਸੀਂ ਵੇਖਿਆ ਉਹ ਮਾਰਦੇ ਨੂੰ? ਨਹੀਂ ਮੈਂ ਨਹੀਂ ਵੇਖਿਆ, ਮੈਂ ਸਾਹਮਣੇ ਦੇਖ ਰਿਹਾ, ਪਿੱਛੇ ਮਾਰ ਗਿਆ ਨਾ ਉਹਦੇ। ਅੱਛਾ ਜੀ, ਕਿੰਨੇ ਕੁ ਜਣੇ? ਮੈਂ ਨਹੀਂ ਦੇਖਿਆ, ਸਵਾਰੀ ਨੇ ਦੱਸਿਆ ਭਾਈ ਕੋਈ ਬੰਦਾ ਆਇਆ ਪਿੱਛੋਂ ਮਾਰ ਕੇ ਚਲਾ ਗਿਆ। ਡੈਨੀਅਲ ਸਨ ਆਫ ਯੂਨਸ ਵਾਸੀ ਨੇੜੇ ਕੈਥੋਲਿਕ ਚਰਚ ਬੂਟਾ ਪਿੰਡ। ਉਹ ਮੁੰਡਾ ਕੰਮ ਕਰਦਾ ਗਰਾਇਆ, ਅਤੇ ਗਰਾਇਆ ਤੋਂ ਛੁੱਟੀ ਕਰਕੇ ਤਕਰੀਬਨ ਡੇਲੀ ਅਪ ਜਾਂਦਾ ਅਤੇ ਡੇਲੀ ਆਉਂਦਾ। ਸਾਢੇ ਸੱਤ ਦੀ ਵਾਈਫ ਨੇ ਇਹਨੂੰ ਫੋਨ ਕੀਤਾ, ਸੁਨੀਤਾ ਨੇ, ਵੀ ਕਿੱਥੇ ਹੋ, ਕਿਵੇਂ ਆ ਰਹੇ ਹੋ? ਉਹ ਕਹਿੰਦਾ ਬਸ ਮੈਂ ਬੱਸ ਸਟੈਂਡ 'ਤੇ ਲੱਗ ਗਿਆ ਪਹੁੰਚ ਦੇਣਾ। 7:40 'ਤੇ ਉੱਥੇ ਆਟੋ 'ਚ ਬਹਿ ਗਿਆ ਬਾਹਰੋਂ ਸਤਲੁਜ ਚੌਂਕ ਤੋਂ। ਮੁੜ ਕੇ 8 ਵਜੇ ਫੋਨ ਕੀਤਾ ਅਤੇ ਬੰਦ ਆਇਆ। ਜਦੋਂ ਪਤਾ ਲੱਗਿਆ ਉੱਥੇ ਪਹੁੰਚਿਆ, ਜੈਰਸ ਲੈਬ ਦੇ ਲਾਗੇ ਕਿਸੇ ਨਾਮ ਨੂੰ ਵਿਅਕਤੀਆਂ ਵੱਲੋਂ ਇਹਨੂੰ ਰੋਕ ਕੇ ਵਿੱਚੋਂ ਕੱਢ ਕੇ ਇਹਦੀ ਬੈਕ ਸਾਈਡ 'ਤੇ ਧੋਣ 'ਤੇ ਡਾਂਟ ਮਾਰਿਆ। ਉੱਥੇ ਗਏ ਸੀ ਜਿਹੜੀ ਸਾਹਮਣੇ ਆਊਗੀ ਗੱਲ। ਸਰ ਜਿੱਦਾਂ ਪਤਾ ਲੱਗਾ ਕਿ ਜਿਹਨੇ ਦਾਤ ਵਗੈਰਾ ਮਾਰਿਆ, ਇੱਕ ਮੁੰਡਾ ਬੱਸ ਸਟੈਂਡ ਤੋਂ ਨਾਲ ਇਹਦੇ ਬਹਿ ਕੇ ਆਇਆ ਸੀ ਆਟੋ ਵਿੱਚ ਬੈਠਿਆ, ਆਟੋ ਵਾਲਾ ਦੱਸਦਾ। ਅੱਛਾ ਜੀ, ਵਰਿੰਦਰ ਕੁਮਾਰ ਜਿਹੜਾ ਆਟੋ ਡਰਾਈਵਰ ਆ ਉਹ ਦੱਸਦਾ ਕਿ ਇੱਕ ਬੰਦਾ ਵਿੱਚ ਬੈਠਾ ਸੀ ਨਾਲ। ਉਹ ਜਿਹੜੇ ਬਾਹਰ ਕੱਢਦੇ ਸੀ ਉਹ ਨਿਕਲਿਆ ਨਹੀਂ ਬਾਹਰ, ਅਤੇ ਪਿੱਛੋਂ ਕਿਸੇ ਨੇ ਡਾਂਟ ਮਾਰ ਕੇ ਉਹਦੇ ਸੱਟ ਮਾਰੀ ਆ। ਕਿੰਨੇ ਬੰਦੇ ਸੀ ਜਿਹੜੇ ਜਿਹਨਾਂ ਨੇ ਹਮਲਾ ਕੀਤਾ? ਆਟੋ ਵਾਲਾ ਤਾਂ ਦੱਸਦਾ ਵੀ ਇੱਕ ਉਹ ਸੀ, ਇੱਕ ਜਿਹਨੇ ਡਾਂਟ ਮਾਰਿਆ, ਵੀ 2 ਜਾਂ 3 ਹੋ ਸਕਦੇ। ਸਰ ਕੋਈ CCTV ਫੁਟੇਜ ਵਗੈਰਾ? ਉਹ ਸਵੇਰੇ ਹੁਣ ਜੈਰਤ ਲੈਬ ਦੇ ਹੈਗੇ ਲੱਗੇ ਕੈਮਰੇ, ਇੱਕ ਬੈਂਕ SBI ਵਾਲੀ, ਉਹ ਸਵੇਰੇ ਜਿਹੜੇ ਖੁੱਲ੍ਹਦੇ ਆ, ਲੈਬ ਖੁੱਲੂਗੀ ਤਾਂ ਬੈਂਕ ਖੁੱਲੂਗੀ। ਉਹ ਮੁੰਡੇ ਦੇ ਹਾਲਾਤ ਕਿੱਦਾਂ ਦੇ ਹੁਣ? ਉਹ ਜੇ ਅਨਫਿਟ ਦੱਸਿਆ ਡਾਕਟਰ ਸਾਹਿਬ ਨੇ। ਕਿਹੜੇ ਹਸਪਤਾਲ? ਸਰ ਗਲੋਬਲ ਹਸਪਤਾਲ। ਸਰ ਕੀ ਕਾਰਵਾਈ ਕਰ ਰਹੇ ਹੁਣ? ਸਰ ਬਾਈ ਉਹਦੇ ਸਵੇਰੇ ਬਿਆਨ ਲਿਖ ਕੇ ਜਿਸ ਹਿਸਾਬ ਜਿੱਦਾਂ ਹੀ ਆਪਣੇ ਸਟੇਟਮੈਂਟ ਹੋਊਗੀ ਉਸ ਹਿਸਾਬ ਨਾਲ ਬਾਕੀ ਕਾਰਵਾਈ। ਸਰ ਕੀ ਨਾਮ ਆਪਣਾ? ASI ਰਕੇਸ਼ ਕੁਮਾਰ, ਥਾਣਾ ਡਿਵੀਜ਼ਨ ਮਛੇਰੇ।